ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ੍ਰੀ ਅਕਾਲ। ਪੇਸ਼ ਹੈ ਜਾਨਵਰਾਂ ਨਾਲ ਅਤਿਆਚਾਰ ਸੰਬੰਧੀ ਖਾਸ ਖਬਰ। ਅਰਬਨ ਸਟੇਟ ਦੇ ਇੱਕ ਭੜਕੇ ਹੋਏ ਕਾਰ ਚਾਲਕ ਨੇ ਉੱਥੇ ਨਵਜੰਮੇ ਕਤੂਰਿਆਂ ਦੀ ਮਾਂ ਨੂੰ ਸਿਰਫ ਇਸ ਲਈ ਮਾਰਿਆ ਕਿਉਂਕਿ ਉਸ ਅਮੀਰਜ਼ਾਦੇ ਦੀ ਜਿਹੜੀ ਕਾਰ ਬਾਹਰ ਖੜ੍ਹੀ ਸੀ ਉਹਦੇ ਉੱਤੇ ਚਾਦਰ ਪਈ ਹੋਈ ਸੀ ਅਤੇ ਆਪਣੀ ਭੁੱਖ ਮਿਟਾਉਣ ਦੇ ਲਈ ਖਾਣ ਵਾਲੀ ਜਿਹੜੀ ਚੀਜ਼ ਸੀ ਉਸ ਕਾਰ ਉੱਤੇ ਲੱਗੀ ਹੋਈ, ਕੋਈ ਉਸ ਨੂੰ ਕੁੱਤੀ ਨੇ ਚੱਟ ਲਿਆ ਅਤੇ ਇਸ ਪ੍ਰਕਿਰਿਆ ਵਿੱਚ ਚਾਦਰ ਥੋੜ੍ਹੀ ਉੱਧੜ ਗਈ। ਮਿਲੀ ਜਾਣਕਾਰੀ ਮੁਤਾਬਕ ਅਰਬਨ ਸਟੇਟ ਦੇ ਫੇਜ਼ 2 ਵਿਖੇ ਇੱਕ ਫਲੈਟ ਦੇ ਸਾਹਮਣੇ ਦੋ ਛੋਟੇ ਕਤੂਰੇ ਗੋਲੂ ਅਤੇ ਜੈਸਮੀਨ ਆਪਣੀ ਮਾਂ ਸਿਲਕੀ ਨਾਲ ਖੇਡ ਰਹੇ ਸਨ। ਚਾਦਰ ਕਾਰ ਦੇ ਉੱਤੇ ਪਈ ਸੀ, ਢੱਕੀ ਹੋਈ ਸੀ ਕਾਰ ਕਿਉਂਕਿ ਕਾਰ ਕੀਮਤੀ ਜ਼ਿਆਦਾ ਸੀ ਅਤੇ ਕਾਰ ਦੇ ਉੱਤੇ ਅਤੇ ਚਾਦਰ ਦੇ ਉੱਤੇ ਖਾਣ ਵਾਲਾ ਪਦਾਰਥ ਲੱਗਿਆ ਹੋਇਆ ਸੀ। ਜਦੋਂ ਕੁੱਤੀ ਆਪਣੀ ਭੁੱਖ ਮਿਟਾਉਣ ਦੇ ਲਈ ਉਹਨੂੰ ਖਾਣ ਲੱਗੀ ਤਾਂ ਕਾਰ ਮਾਲਕ ਲੋਹਾ ਲਾਖਾ ਹੋ ਗਿਆ ਅਤੇ ਮੁਹੱਲੇ ਵਾਲਿਆਂ ਨਾਲ ਖੇਪੜਨ ਲੱਗਾ ਕਿ ਤੁਸੀਂ ਕਤੂਰਿਆਂ ਨੂੰ ਰੋਟੀ ਕਿਉਂ ਖਵਾਉਂਦੇ। ਮੁਹੱਲੇ ਵਾਲਿਆਂ ਨੇ ਕਿਹਾ ਕਿ ਬੇਜ਼ਬਾਨ ਜਾਨਵਰ ਨੇ, ਜੇ ਇਹਨਾਂ ਨੂੰ ਰੋਟੀ ਖਵਾ ਰਹੇ ਤਾਂ ਉਹਦੇ ਨਾਲ ਕੀ ਫਰਕ ਪੈਂਦਾ। ਤਾਂ ਕਾਰ ਚਾਲਕ ਨੇ ਕਿਹਾ ਕਿ ਮੈਂ ਇਸ ਕੁੱਤੀ ਨੂੰ ਮਾਰ ਹੀ ਦੇਵਾਂ। ਆਪਣੀ ਘਰ ਵਾਲੀ ਦੀ ਸ਼ਹਿ ਤੇ ਕੁੱਤੀ ਨਾਲ ਜ਼ਬਰਦਸਤੀ ਕੀਤੀ ਅਤੇ ਧੱਕੇ ਨਾਲ ਚੁੱਕ ਕੇ ਉਸ ਨੂੰ ਕਾਰ ਦੀ ਟਿੱਕੀ ਵਿੱਚ ਸੁੱਟ ਲਿਆ। ਕੱਲ ਤੁਸੀਂ ਬੱਚੇ ਮਾਰ ਦੋਗੇ ਸਾਡੇ। ਜਦੋਂ ਮੁਹੱਲੇ ਵਾਲਿਆਂ ਨੇ ਉਸ ਨੂੰ ਕਿਹਾ ਕਿ ਤੂੰ ਅਜਿਹਾ ਨਾ ਕਰ ਕਿਉਂਕਿ ਬੇਜ਼ਬਾਨ ਜਾਨਵਰ ਨੇ ਅਤੇ ਇਹਨਾਂ ਦਾ ਕਸੂਰ ਕੀ ਹੈ, ਤਾਂ ਉਸ ਨੇ ਕਿਹਾ ਕਿ ਮੈਂ ਅੱਜ ਇਸ ਕੁੱਤੀ ਅਤੇ ਕਤੂਰਿਆਂ ਨੂੰ ਮਾਰ ਦੇਵਾਂਗਾ ਅਤੇ ਕੁੱਤੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦੇਵਾਂਗਾ। ਮੁਹੱਲੇ ਵਾਲਿਆਂ ਨੇ ਇਹ ਸਾਡੇ ਨਾਮਾਨਗਾਰ ਨੂੰ ਰਿਪੋਰਟ ਦਿੱਤੀ। ਇਸ ਉਪਰੰਤ ਕੁੱਤੀ ਨੂੰ ਮਾਰ ਦੇਣ ਦੀ ਨੀਤ ਨਾਲ ਕਾਰ ਦੀ ਟਿੱਕੀ ਵਿੱਚ ਸੁੱਟ ਕੇ ਅਗਵਾ ਕਰਕੇ ਕਿਸੇ ਅਣਦੱਸੀ ਥਾਂ ਵੱਲ ਉਹ ਕਾਰ ਚਾਲਕ ਲੈ ਗਿਆ। ਦੇਖੋ ਡਿੱਗੀ ਦੇ ਵਿੱਚ ਬੰਦ ਕਰਤਾ, ਚਾਹੇ ਉਹ ਮਰ ਜਾਵੇ, ਠੀਕ ਹੈ। ਇਹ ਬੰਦੇ ਦੀ ਇਨਸਾਨੀਅਤ ਦੇਖੋ, ਕੋਈ ਗੱਲ ਨੀ, ਖੜੀ ਹੈ ਮੈਂ ਮਾਰ ਦੇਣ ਦੇ। ਦੇਖੋ ਇਹ ਇਨਸਾਨੀਅਤ ਲੋਕਾਂ ਦੀ, ਵੀ ਇੱਕ ਬੇਜਵਾਨ ਜਾਨਵਰ। ਹੁਣ ਵਿਚਾਰੇ ਮਾਂ ਵੀ ਹੁਣੇ ਕਤੂਰੇ ਭੁੱਖੇ ਪਿਆਸੇ ਵਿਲਕ ਰਹੇ ਹਨ। ਲੋਕਾਂ ਦੇ ਵਿੱਚ ਇਸ ਘਟਨਾ ਪ੍ਰਤੀ ਜਿਹੜੇ ਜਾਨਵਰਾਂ ਨਾਲ ਪਿਆਰ ਕਰਦੇ ਨੇ ਭਾਰੀ ਰੋਹ ਹੈ। ਦਾ ਐਨੀਮਲ ਲਵਰਸ ਇੰਡੀਆ ਨੇ ਮੰਗ ਕੀਤੀ ਹੈ ਕਿ ਜਾਨਵਰਾਂ ਦੇ ਪ੍ਰਤੀ ਅੱਤਿਆਚਾਰ ਰੋਕੂ ਕਾਨੂੰਨ ਦੇ ਅਧੀਨ ਜੁਰਮ ਕਰਨ ਵਾਲੇ ਇਸ ਵਿਅਕਤੀ ਦੇ ਵਿਰੁੱਧ FIR ਦਰਜ ਕੀਤੀ ਜਾਵੇ ਤਾਂ ਜੋ ਮਾਸੂਮ ਜਾਨਵਰਾਂ ਨਾਲ ਅੱਤਿਆਚਾਰ ਕਰਨ ਵਾਲੇ ਜਿਹੜੇ ਵਿਅਕਤੀ ਨੇ ਇਹਨਾਂ ਨੂੰ ਸਬਕ ਮਿਲ ਸਕੇ। ਜਾਨਵਰਾਂ ਨਾਲ ਅੱਤਿਆਚਾਰ ਕਰਨ ਦੀ ਇਹ ਪਹਿਲੀ ਘਟਨਾ ਨਹੀਂ, ਹੋਰ ਵੀ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਜੂਦ ਵਿੱਚ ਆਈਆਂ ਹਨ ਅਤੇ ਇਸ ਘਟਨਾ ਦੀ ਜਿਹੜੀ ਸੂਚਨਾ ਅਰਬਨ ਸਟੇਟ ਥਾਣੇ ਨੂੰ ਦਿੱਤੀ ਗਈ ਹੈ, ਜਿਸ ਦੀ ਪੜਤਾਲ ਥਾਣੇਦਾਰ ਸਰਬਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਿੱਤਰੋ, ਜੇ ਤੁਸੀਂ ਵੀ ਜਾਨਵਰਾਂ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਜ਼ਰੂਰ ਕਰੋ। ਅਸੀਂ ਆਪਣੇ ਚੈਨਲ 'ਤੇ ਪਹਿਲਾਂ ਵੀ ਜਾਨਵਰਾਂ ਦੇ ਬਾਰੇ ਇੱਕ ਵੀਡੀਓ ਪਾਈ ਸੀ, ਪ੍ਰਾਪਤੀ ਬਜਾਜ ਦੇ ਨਾਲ ਇੰਟਰਵਿਊ। ਚੈਨਲ ਨੂੰ ਦੋਸਤੋ ਸਬਸਕ੍ਰਾਈਬ ਵੀ ਕਰੋ। ਦੋਸਤੋ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਤੇ ਸਾਡੇ ਸਾਰਿਆਂ ਦੀ। ਮੈਂ ਹੁਣ ਜਾਣ ਦੇ, ਮੈਨੂੰ ਵੀ ਪਰਵਾਹ ਨਹੀਂ, ਜਮਨਨ ਸਾਹਿਬ ਦਾ ਕੋਈ ਵੀ ਹੋਵੇ, ਜਮਨਨ ਸਾਹਿਬ ਦਾ ਕੋਈ ਵੀ ਹੋਵੇ, ਜਮਨਨ ਸਾਹਿਬ ਦਾ ਕੋਈ ਵੀ ਹੋਵੇ।